ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਪ੍ਰੀਤ ਕੌਰ ਅਤੇ ਮੈਂ ਪਿੰਡ ਮਾਛੀਕਿਆਂ ਦੀ ਰਹਿਣ ਵਾਲੀ ਹਾਂ। ਮੈਂ ਦੋ ਤਿੰਨ ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਦੋਂ ਮੈਂ SSP ਔਫਿਸ ਗਈ ਹੋਈ ਸੀਗੀ ਅਤੇ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਅਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਤੇਰੀ ਫਾਈਲ 'ਤੇ ਕੁਝ ਕੁ ਇਤਰਾਜ਼ ਲੱਗ ਕੇ ਆਏ ਨੇ, ਤੁਸੀਂ ਉਹਨਾਂ ਦੀ ਪੂਰਤੀ ਕਰ ਦਿਉ, ਇਸ ਤੋਂ ਬਾਅਦ ਅਸੀਂ ਐਕਸ਼ਨ ਲਵਾਂਗੇ ਉਹਨਾਂ ਖਿਲਾਫ਼। ਪਰ ਮੈਨੂੰ ਦੋ ਤਿੰਨ ਦਿਨ ਹੋ ਚੁੱਕੇ ਆ, ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਪਰ ਉਹ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਮੇਰਾ ਵਿਸ਼ਵਾਸ ਤੋੜਿਆ ਹੀ ਆ। ਮੈਨੂੰ ਸਾਲ ਹੋ ਗਿਆ ਧੱਕੇ ਖਾਂਦੀ ਨੂੰ, ਸਾਲ ਹੋ ਗਿਆ ਮੇਰੀ ਦਰਖਾਸਤ ਚੱਲਦੀ, ਸਾਲ ਦੇ ਵਿੱਚ ਵਿੱਚ ਉਹਨਾਂ ਨੇ ਕੁਛ ਵੀ ਨਹੀਂ ਕੀਤਾ। ਜੇ ਉਹ ਚਾਹੁਣ ਤਾਂ ਬਹੁਤ ਕੁਛ ਕਰ ਸਕਦੇ ਆ, ਪ੍ਰਸ਼ਾਸਨ ਕੀ ਕੁਛ ਨਹੀਂ ਕਰ ਸਕਦਾ, ਇਨਸਾਫ ਦੇਣ ਨੂੰ ਦੇ ਸਕਦਾ ਪਰ ਉਹ ਦੇਣਾ ਨਹੀਂ ਚਾਹੁੰਦੇ। ਮੈਨੂੰ ਸਾਲ ਹੋ ਗਿਆ ਮੈਂ ਚੁੱਪ ਕਰਕੇ ਸਭ ਕੁਝ ਸੁਣਦੀ ਆਈ ਹਾਂ, ਸਹਿੰਦੀ ਆਈ ਹਾਂ, ਪਰ ਹੁਣ ਮੈਂ ਆਪਦੀ ਪਿੰਡ ਦੀ ਸਹਿਯੋਗ ਨਾਲ ਅਤੇ ਮੇਰੀ ਪਿੰਡ ਦੀ ਪੰਚਾਇਤ ਨਾਲ 18 ਤਰੀਕ ਨੂੰ ਉੱਥੇ ਧਰਨਾ ਦਊਂਗੀ, ਕਿਉਂਕਿ ਤੁਹਾਨੂੰ ਵੀ ਪਤਾ ਪ੍ਰਸ਼ਾਸਨ ਦੇ ਖਿਲਾਫ਼ ਮੈਂ ਇਕੱਲੀ ਨਹੀਂ ਲੜ ਸਕਦੀ, ਉਹਦੇ ਵਿੱਚ ਮੈਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਆ। ਅਤੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ, ਕਿਰਪਾ ਕਰਕੇ 18 ਤਰੀਕ ਨੂੰ ਮੇਰੇ ਨਾਲ ਮੇਰਾ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਮੈਂ ਲੜਾਈ ਜਿੱਤ ਸਕਾਂ ਜਾਂ ਲੜ ਸਕਾਂ ਅਤੇ ਮੈਨੂੰ ਇਨਸਾਫ ਮਿਲ ਸਕੇ। ਮੇਰੇ ਕੋਲ ਬਸ ਇੱਕ ਆਹੀ ਆਖਰੀ ਉਮੀਦ ਆ, ਆਹੀ ਆਖਰੀ ਚਾਂਸ ਆ ਮੈਨੂੰ, ਕਿਉਂਕਿ ਹੁਣ ਮੇਰੀਆਂ ਉਮੀਦਾਂ ਟੁੱਟਦੀਆਂ ਜਾਂਦੀਆਂ। ਅਤੇ ਮੈਂ ਪੁਲਿਸ ਨੂੰ ਵੀ ਇਹ ਕਹਿਣਾ ਚਾਹੁੰਦੀ ਹਾਂ ਕਿ ਜੇਕਰ 18 ਤਰੀਕ ਤੱਕ ਉਹ ਮੇਰੀ ਸੁਣਵਾਈ ਨਹੀਂ ਕਰਨਗੇ ਤਾਂ ਮੈਂ SSP ਔਫਿਸ ਦੇ ਮੂਹਰੇ ਖੁਦ ਨੂੰ ਖਤਮ ਕਰੂੰਗੀ। ਅਰੇ ਕੀ ਨਾਮ ਆ ਤੁਹਾਡਾ? ਜੀ ਮੇਰਾ ਨਾਮ ਜਸਪ੍ਰੀਤ ਕੌਰ। ਜਸਪ੍ਰੀਤ, ਕੀ ਲੋੜ ਪਈ? ਤੁਸੀਂ ਕੱਲ ਇੱਕ ਵੀਡੀਓ ਫੇਸਬੁੱਕ ਤੇ ਵਾਇਰਲ ਕੀਤੀ ਆ, ਉਹਦੀ ਕੀ ਵਜ੍ਹਾ ਸੀ, ਕਾਹਤੋਂ ਵਾਇਰਲ ਕੀਤੀ ਆ? ਤੁਸੀਂ ਇਹ ਗੱਲ ਕਹੀ ਆ ਵੀ ਜੇ ਮੈਨੂੰ ਕੋਈ ਇਨਸਾਫ਼ ਨਾ ਮਿਲਿਆ ਤਾਂ ਮੈਂ ਆਪਦੀ ਜੀਵਨ ਲੀਲਾ ਸਮਾਪਤ ਕਰੂੰਗੀ, ਕੀ ਇਹੋ ਜਿਹਾ ਕਾਰਨ ਬਣਿਆ? ਜੀ ਮੇਰਾ ਅੱਜ ਤੋਂ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਜਸਪ੍ਰੀਤ ਸਿੰਘ ਨਾਲ, ਪੁੱਤਰ ਸਰਦਾਰ ਰਣਜੀਤ ਸਿੰਘ, ਪਿੰਡ ਛਾਪਾ। ਅਤੇ ਮੇਰੇ ਬੈਂਡ ਆਏ ਹੋਏ ਸੀਗੇ ਉਦੋਂ, ਮੇਰੀ ਫਾਈਲ ਆਸਟ੍ਰੇਲੀਆ ਦੀ ਲੱਗਦੀ ਸੀ ਅਤੇ ਮੇਰੇ ਸਹੁਰਿਆਂ ਨੇ ਇਹੀ ਕਹਿ ਕੇ ਰਿਸ਼ਤਾ ਲਿਆ ਸੀਗਾ ਕਿ ਅਸੀਂ ਕੁੜੀ 'ਤੇ ਸਾਰਾ ਖਰਚਾ ਕਰਾਂਗੇ ਅਤੇ ਅਸੀਂ ਵੀ ਮੁੰਡਾ ਬਾਹਰ ਭੇਜਣਾ ਸੀ, ਕੁੜੀ ਨੂੰ ਬਾਹਰ ਭੇਜਾਂਗੇ। ਅਤੇ ਮੇਰੇ ਵਿਆਹ ਨੂੰ ਜਦੋਂ 2-3 ਮਹੀਨੇ ਹੋ ਗਏ, ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਮੈਨੂੰ ਮੇਰੀ ਫਾਈਲ ਵਗੈਰਾ ਲਾਓ, ਤੁਸੀਂ ਕਿਉਂ ਨਹੀਂ ਲਾਉਂਦੇ? ਉਹ ਫਿਰ ਮੈਨੂੰ ਕਹਿਣ ਲੱਗ ਗਏ ਤੇਰੇ ਬੈਂਡ ਘੱਟ ਆ, ਵੀ ਤੂੰ ਪੜ੍ਹ ਪਹਿਲਾਂ, ਫਿਰ ਅਸੀਂ 8 ਬੈਂਡ ਚਾਹੀਦੇ ਆ ਸਾਨੂੰ, ਫਿਰ ਅਸੀਂ ਤੇਰੀ ਫਾਈਲ ਲਾਵਾਂਗੇ। ਉਹਨਾਂ ਨੇ ਮੈਨੂੰ ਚੰਡੀਗੜ੍ਹ ਪੜ੍ਹਨ ਲਾ ਤਾ ਅਤੇ ਮੈਨੂੰ 4-5 ਮਹੀਨੇ ਉੱਥੇ ਪੜ੍ਹਾਈ 'ਚ ਉਲਝਾਈ ਰੱਖਿਆ। ਸਗੋਂ ਮੇਰੇ ਟੀਚਰ ਵੀ ਕਹਿੰਦੇ ਹੁੰਦੇ ਸੀਗੇ ਕਿ ਕੁੜੀ ਦੇ ਹੁਣ ਬੈਂਡ ਆ ਜਾਣਗੇ, ਤੁਸੀਂ ਇਹਦਾ ਪੇਪਰ ਦਵਾਓ। ਪਰ ਮੇਰੇ ਜਿਹੜੇ ਸਹੁਰਾ ਸੀਗਾ ਉਹ ਕੋਈ ਗੱਲ ਹੀ ਨਹੀਂ ਸੁਣਦੇ ਸੀਗੇ। ਜਦੋਂ ਮੈਨੂੰ 8 ਮਹੀਨਿਆਂ ਬਾਅਦ ਮੈਨੂੰ ਪਤਾ ਲੱਗਿਆ ਬਾਅਦ 'ਚ ਵੀ ਮੇਰਾ ਜਿਹੜਾ ਘਰ ਵਾਲਾ ਉਹ ਪਹਿਲਾਂ ਹੀ ਵਿਆਹਿਆ ਹੋਇਆ ਦਿਵਿਆ ਲਾਂਬਾ ਕੁੜੀ ਦੇ ਨਾਲ, ਜੇ ਜਦੋਂ ਇਹ ਚੀਜ਼ ਮੈਂ ਉਹਨਾਂ ਨੂੰ ਪੁੱਛੀ ਸੀਗੀ ਤਾਂ ਉਹ ਸਾਫ਼ ਮੁੱਕਰ ਗਈ ਅਤੇ ਉਹ ਇਸ ਤੋਂ ਬਾਅਦ ਮੇਰੇ ਨਾਲ ਕੁੱਟਮਾਰ ਕਰਨੀ ਉਹਨਾਂ ਨੇ ਸ਼ੁਰੂ ਕਰਤੀ। ਮੈਨੂੰ ਤਾਨੇ ਮੇਨੇ ਦੇਣੇ ਸ਼ੁਰੂ ਕਰਤੇ ਵੀ ਤੂੰ ਕੋਈ ਦਾਜ ਨਹੀਂ ਲੈ ਕੇ ਆਈ। ਜਦੋਂ ਮੈਨੂੰ ਇਹ ਚੀਜ਼ ਪਤਾ ਲੱਗੀ ਮੈਂ ਉਹਨਾਂ ਨੂੰ ਪੁੱਛਿਆ ਤਾਂ ਸੀਗੀ ਪਰ ਉਹ ਮੁੱਕਰ ਗਏ। ਅਤੇ ਮੈਂ ਫਿਰ ਇਸ ਤੋਂ ਬਾਅਦ ਪਿੰਡ ਆਈ ਸੀਗੀ ਅਤੇ ਜਦੋਂ ਮੈਨੂੰ ਕੁੱਟਿਆ, ਮੇਰੇ ਜਥੇਬੰਦੀਆਂ ਮੈਨੂੰ ਨਾਲ ਲੈ ਕੇ ਆਈਆਂ ਸੀਗੀਆਂ। ਅਤੇ ਜਦੋਂ ਮੈਂ ਇੱਥੇ ਆ ਕੇ ਵੀ ਪਹਿਲਾਂ ਮੈਂ ਉਹਨਾਂ ਨੂੰ ਪਰੂਫ ਕੀਤੀ ਇਹ ਚੀਜ਼, ਮੈਂ ਰਾਏਕੋਟ ਕਚਹਿਰੀਆਂ 'ਚ ਗਈ ਸੀਗੀ, ਉੱਥੇ ਮੈਂ ਕਢਵਾਈ ਉਹਨਾਂ ਦੀ ਮੈਰਿਜ ਸਰਟੀਫਿਕੇਟ ਰਜਿਸਟਰ ਹੋਈ ਵੀ ਸੀਗੀ। ਅਤੇ ਜਦੋਂ ਮੈਨੂੰ ਉਹਨਾਂ ਨੇ ਦੱਸਿਆ, ਕਹਿੰਦੇ ਪਰ ਇਹ ਪ੍ਰਾਈਵੇਸੀ ਅਸੀਂ ਦੇ ਤਾਂ ਨਹੀਂ ਸਕਦੇ ਤੁਹਾਨੂੰ, ਪਰ ਅਸੀਂ ਦਿਖਾ ਸਕਦੇ ਹਾਂ ਉਹਦੇ ਵਿੱਚ ਮੇਰੇ ਜਿਹੜਾ ਘਰ ਵਾਲਾ ਸੀ ਉਹਦੇ ਡੈਡੀ ਦੇ
ਸਾਈਨ ਸੀਗੇ, ਪਹਿਲੀ ਗਵਾਹੀ ਉਹਨਾਂ ਦੀ ਹੋਈ ਸੀਗੀ। ਕਿੱਥੋਂ ਦੀ ਰਹਿਣ ਵਾਲੀ ਸੀ ਕੁੜੀ ਉਹ? ਲੋਕਲ ਹੀ ਸੀ? ਰਾਏਕੋਟ ਦੀ, ਉਹ ਉਹਨਾਂ ਦੇ ਨਾਲ ਪੜ੍ਹਦੀ ਸੀਗੀ, ਉਹਨਾਂ ਦੀ ਲਵ ਮੈਰਿਜ ਸੀਗੀ। ਉਹ ਕਿੱਥੇ ਇਸ ਵਕਤ? ਉਹ ਆਸਟ੍ਰੇਲੀਆ ਚ ਜੀ। ਓਕੇ, ਹਾਂਜੀ। ਤੇ ਤੁਹਾਨੂੰ ਧੋਖੇ ਜਿਹਾ ਰੱਖ ਕੇ ਤੁਹਾਡੀ ਮੈਰਿਜ ਹੋਈ? ਹਾਂਜੀ ਹਾਂਜੀ। ਤੁਹਾਡੀ ਇਹ ਰੀਅਲ ਮੈਰਿਜ ਸੀਗੀ ਕਿ ਲਵ ਮੈਰਿਜ ਵਗੈਰਾ ਕਰੇ? ਨਹੀਂ ਨਹੀਂ, ਮੇਰੀ ਵਿਚੋਲੇ ਰਾਹੀਂ ਹੋਈ ਸੀਗੀ, ਅਰੇਂਜ ਮੈਰਿਜ ਸੀਗੀ। ਓਕੇ, ਤੇ ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਕੰਪਲੇਂਟ ਨਹੀਂ ਕੀਤੀ? ਹਾਂਜੀ, ਮੈਂ SSP ਸਾਹਿਬ ਦੇ ਕੀਤੀ ਸੀਗੀ ਕੰਪਲੇਂਟ, ਉਹਨਾਂ ਨੇ ਉੱਥੇ ਮੇਰਾ 3-4 ਮਹੀਨੇ ਕੇਸ ਚੱਲਿਆ, ਤੇ ਦੁਆ ਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਤੇ ਪੁਲਿਸ ਵਾਲਿਆਂ ਨੇ ਰਾਜ਼ੀਨਾਮਾ ਕਰਵਾਇਆ ਸੀਗਾ। ਉਹਨਾਂ ਵਿੱਚ ਉਹਨਾਂ ਨੇ 25 ਦਿਨ ਲਏ ਸੀਗੇ ਕਿ ਅਸੀਂ 25 ਦਿਨ ਦੇ ਅੰਦਰ ਅੰਦਰ ਤੇਰੇ ਨਾਲ ਕੋਰਟ ਮੈਰਿਜ ਵੀ ਕਰਵਾਵਾਂਗੇ, ਤੇਰੇ ਆਧਾਰ ਕਾਰਡ ਵਗੈਰਾ ਸਭ ਕੁਛ ਬਣਵਾਵਾਂਗੇ। 25 ਦਿਨ ਜਦੋਂ ਲੰਘੇ, ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਕਿਉਂ ਨੀ ਬਣਾਉਂਦੇ, ਉਹ ਕਰਨ ਲੱਗ ਜਾਂਦੇ ਸੀ ਵੀ ਡੈਡੀ ਦੀ ਡਿਊਟੀ ਲੱਗੀ ਹੋਈ ਆ ਬੋਟਾਂ ਚ, ਉਹ ਆ ਨੀ ਸਕਦੇ, ਏਦਾਂ ਹੀ ਮੈਨੂੰ ਟਾਲਦੇ ਰਹੇ। ਫਿਰ ਮੇਰੀ ਕੁੱਟਮਾਰ ਉਹਨਾਂ ਨੇ ਸ਼ੁਰੂ ਕਰਤੀ, ਤੇ ਇਸ ਤੋਂ ਬਾਅਦ ਜਿੱਦਣ ਮੈਨੂੰ 22 ਤਰੀਕ ਨੂੰ, ਮੈਨੂੰ 21 ਨੂੰ ਕੁੱਟਿਆ ਸੀ, ਤੇ 22 ਤਰੀਕ ਨੂੰ ਫਿਰ ਮੇਰੇ ਘਰ ਦੇ ਮੈਨੂੰ ਜਾ ਕੇ ਲੈ ਆਏ। ਹੁਣ ਮੈਂ ਫਿਰ SSP ਸਾਹਿਬ ਦੇ ਦਰਖਾਸਤ ਦਿੱਤੀ ਹੋਈ ਆ ਜੀ, ਤੇ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ। ਕੱਲ ਨੂੰ ਤੁਸੀਂ ਕੋਈ ਧਰਨਾ ਵੀ ਲਾਉਣ ਜਾ ਰਹੇ ਹੋ? ਹਾਂਜੀ ਹਾਂਜੀ, ਬਸ ਜਸਟ ਇਹ ਚੀਜ਼ ਵਾਸਤੇ ਕਿ ਮੇਰੀ ਕੋਈ ਸੁਣਵਾਈ ਨਹੀਂ ਕਰਦਾ, ਤੇ ਮੈਨੂੰ ਇਹ ਕਦਮ ਚੱਕਣਾ ਪਿਆ, ਕਿਉਂਕਿ ਮੈਂ ਹੁਣ ਬਹੁਤ ਥੱਕ ਗਈ। ਜਦੋਂ ਮੈਂ ਪਹਿਲਾਂ ਵੀ ਉੱਥੇ ਜਾਂਦੀ ਸੀਗੀ ਤਾਂ ਪੁਲਿਸ ਵਾਲੇ ਮੈਨੂੰ ਹੀ ਭੱਜ ਭੱਜ ਪੈਂਦੇ ਸੀ, ਜੇ ਮੈਂ ਕੋਈ ਦਰਖਾਸਤ ਲੈ ਕੇ ਵੀ ਜਾਂਦੀ ਸੀ ਤਾਂ ਉਹ ਮੈਨੂੰ ਕਹਿੰਦੇ ਸੀ ਤੇਰੇ ਤੇ ਪਰਚਾ ਹੋਊਗਾ। ਜੇ ਕੱਲ ਨੂੰ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ? ਬਸ ਅਗਲਾ ਕਦਮ ਮੇਰਾ ਇਹੀ ਆ ਕਿ ਮੈਂ ਖੁਦ ਹੁਣ ਰਹਿਣਾ ਹੀ ਨਹੀਂ ਚਾਹੁੰਦੀ ਜਦੋਂ ਮੈਨੂੰ ਇਨਸਾਫ ਹੀ ਨਹੀਂ ਮਿਲਦਾ। ਬਾਈ ਕੀ ਨਾਮ ਤੁਹਾਡਾ? ਰਣਜੀਤ ਸਿੰਘ ਜੀ। ਰਣਜੀਤ ਸਿੰਘ ਜੀ, ਤੁਹਾਡੀ ਬੇਟੀ ਨਾਲ ਕੀ ਭਾਣਾ ਵਾਪਰਿਆ ਜਿਹੜਾ ਉਹਨੂੰ ਇਹ ਲਫ਼ਜ਼ ਬੋਲਣੇ ਪਏ? ਮੇਰੇ ਨਾਲ ਜੀ ਬਹੁਤ ਧੱਕਾ ਹੋ ਰਿਹਾ ਜੀ, ਗਰੀਬ ਬੰਦਾ ਮੈਂ, ਮੇਰੇ ਭੈਣ ਭਰਾਵਾਂ ਨੇ ਵਿਆਹ ਕੀਤਾ ਸੀ, ਵਿਆਹ ਤੋਂ ਬਾਅਦ ਕੁੜੀ ਦੇ ਨਾਲ ਧੱਕੇ ਹੋਣ ਲੱਗ ਗਏ, ਉਹ ਗੱਲਾਂ ਕੀਤੀਆਂ ਸੀ, ਉਹ ਗੱਲਾਂ ਤੋਂ ਰਹੇ ਨੀ ਉਹ। ਹੁਣ ਤੁਸੀਂ ਕੀ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ? ਪੁਲਿਸ ਪ੍ਰਸ਼ਾਸਨ ਸਾਡੀ ਮੰਨਦਾ ਹੀ ਨੀ ਜੀ ਕੋਈ। ਤੁਸੀਂ ਗਏ ਸੀ ਖੁਦ ਆਪ? ਹਾਂ ਜੀ, ਗਏ ਸੀ ਕੁੜੀ ਦੇ ਨਾਲ ਅਸੀਂ। ਕੀ ਕਹਿ ਦਿੰਦੀ ਹੈ ਪੁਲਿਸ? ਉਸ ਕਹਿੰਦੇ ਇਸ ਕੁੜੀ ਦੇ ਤਾਂ ਪਰਚਾ ਹੋਊਗਾ। ਕਾਹਦਾ ਪਰਚਾ ਦੇਊਗਾ? ਕਾਹਦਾ ਹੋਊਗਾ? ਪਤਾ ਨਹੀਂ ਕਾਹਦਾ ਦਿੰਦੇ ਆ ਜੀ। ਹੁਣ ਤੁਸੀਂ ਕੱਲ ਨੂੰ ਫਿਰ ਮਿਲਣ ਜਾ ਰਹੇ ਆ, ਜੇ ਕੋਈ ਇਨਸਾਫ ਨਾ ਮਿਲਿਆ ਤਾਂ ਫਿਰ ਅਗਲਾ ਕਦਮ ਤੁਹਾਡਾ ਕੀ ਹੋਊਗਾ? ਅਗਲਾ ਸਾਡਾ ਪਿੰਡ ਸੋਚੂ ਜੀ ਜਿਹੜਾ ਖੜਾ ਸਾਡੇ ਨਾਲ, ਤੇ ਕੀ ਹੋਊਗਾ? ਕੀ ਨਾਮ ਹੈ ਬਾਈ ਤੁਹਾਡਾ? ਸਤਨਾਮ ਸਿੰਘ। ਸਤਨਾਮ ਜੀ, ਦਿਓ ਜਾਣਕਾਰੀ ਕੀ ਹੋਇਆ, ਸਾਰੀ ਕੀ ਗੱਲਬਾਤ ਸੀ, ਕਿਵੇਂ ਘਟਨਾ ਇਹ ਵਾਪਰੀ? ਤੇ ਇਹ ਜਦੋਂ ਜੀ ਪਹਿਲਾਂ ਵੀ ਅਸੀਂ SSP ਸਾਹਿਬ ਦੀ ਦਰਖਾਸਤ ਦਿੱਤੀ ਆ ਕੁੜੀ ਨੇ, ਅਸੀਂ ਉਦੋਂ ਬਾਅਦ ਚ ਵੀ ਗਏ ਆਗੇ, ਤਾਂ ਉਦੋਂ ਕੁੜੀ ਨੇ SSP ਸਾਹਿਬ ਆਪਣਾ DSP ਸਾਹਿਬ ਨੂੰ ਦੱਸਿਆ ਗਾ ਵੀ ਜੀ ਮੇਰੇ ਇਹਨਾਂ ਨੇ ਕੋਈ ਜਿਹੜੇ ਪਰੂਫ ਹੁੰਦੇ ਆਗੇ ਉਧਰਲੇ, ਮੰਨ ਕੇ ਜੋ ਆਧਾਰ ਕਾਰਡ, ਵੋਟ ਕਾਰਡ ਜਾਂ ਇਹਦਾ ਕੋਰਟ ਮੈਰਿਜ ਆ ਜਿਹੜੀ ਉਹ ਰਜਿਸਟਰਡ ਕਰਵਾਉਣ ਵਾਲੀ ਮੈਰਿਜ ਰਜਿਸਟਰਡ ਦਾ, ਵੀ ਉਹ ਕੋਈ ਨਹੀਂ ਬਣਾਇਆ ਗਿਆ। ਤਾਂ ਉਦੋਂ ਉਹਨਾਂ ਨੇ ਮੰਨਿਆ ਗਾ ਵੀ ਅਸੀਂ ਜੀ 21 ਦਿਨਾਂ ਦੇ ਵਿੱਚ ਉਹ ਜਿਹੜੇ ਕਾਗਜ਼ ਆਗੇ ਉਹ ਤਿਆਰ ਕਰਵਾ ਦਾਂਗੇ, ਤੇ ਪਰ ਇੰਨਾ ਸਮਾਂ ਲੰਘ ਗਿਆ ਗਾ, ਉਹਨਾਂ ਨੇ ਕੋਈ ਕਾਗਜ਼ ਨਹੀਂ ਤਿਆਰ ਕਰਾਇਆ। ਬਾਕੀ ਦੂਜੀ ਗੱਲ ਵੀ ਕੁੜੀ ਦੇ ਆਪਦੇ ਜਿਹੜੇ ਕਾਗਜ਼ ਸੀਗੇ, ਆਪਦੇ ਸਕੂਲ ਦੇ ਸਰਟੀਫਿਕੇਟ ਆ ਜਾਂ ਹੋਰ ਪਰੂਫ ਆ ਗਏ, ਉਹ ਵੀ ਉਹ ਰੱਖੀ ਬੈਠੇ ਆ ਗਏ, ਉਹ ਵੀ ਨਹੀਂ ਦੇ ਰਹੇ ਜੀ। ਪਾਸਪੋਰਟ ਵਗੈਰਾ ਵੀ ਉਹਨਾਂ ਦੇ ਕੋਲ ਹੀ ਆ ਗਏ। ਤੇ ਨਹੀਂ ਉਹਨਾਂ ਨੇ ਫਿਰ ਧੋਖੇ 'ਚ ਰੱਖ ਕੇ ਇਹਦੀ ਮੈਰਿਜ ਕੀਤੀ? ਇਹੀ ਕਹਿ ਸਕਦੇ ਹਾਂ ਜੀ, ਉਹ ਤਾਂ ਕੁੜੀ ਨੂੰ ਪਤਾ ਲੱਗ ਗਿਆ ਵੀ ਇਹਦੀ ਮੈਰਿਜ ਹੋਈ ਵੀ ਆ ਗਈ, ਠੀਕ ਆ। ਨਹੀਂ ਉਹਨਾਂ ਨੇ ਤਾਂ ਦੱਸਿਆ ਹੀ ਨਹੀਂ ਹੈਗਾ ਉਹ ਤਾਂ ਵੀ ਇਹਦੀ ਮੈਰਿਜ ਹੋਈ ਵੀ ਆ ਜਾਂ ਨਹੀਂ। ਹੁਣ ਉਹ ਮੁੰਡਾ ਕਿੱਥੇ ਆ? ਹੁਣ ਮੁੰਡਾ ਤਾਂ ਪਿੰਡ ਹੀ ਆ, ਘਰੇ ਆਪਦੇ। ਕੀ ਇਨਸਾਫ ਮੰਗਦੇ ਤੁਸੀਂ? ਇਨਸਾਫ ਇਹੀ ਕਹਿੰਦੇ ਆ ਵੀ ਦੇਖੋ ਅਸੀਂ SSP ਸਾਹਿਬ ਦੇ ਪਹਿਲਾਂ ਵੀ ਗਏ ਆਗੇ, ਠੀਕ ਆ, ਤੇ ਅਸੀਂ ਕਹਿੰਦੇ ਆ ਵੀ ਉਹਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਜੀ ਬਾਈ, ਕੀ ਨਾਮ ਤੁਹਾਡਾ? ਮੇਰਾ ਨਾਮ ਸਰਬਜੀਤ ਸਿੰਘ ਹੈ ਜੀ। ਸਰਬਜੀਤ ਸਿੰਘ ਜੀ, ਇੱਕ ਤੁਹਾਡੇ ਪਿੰਡ ਦੀ ਲੜਕੀ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਹਦੇ ਵਿੱਚ ਉਹਨੇ
ਪੁਲਿਸ ਨੂੰ ਇਹ ਗੱਲ ਕਹੀ ਵੀ ਜੇ ਮੈਨੂੰ ਇਨਸਾਫ ਨਾ ਮਿਲਿਆ ਤਾਂ ਆਪਣੀ ਕੱਲ ਨੂੰ ਮੈਂ ਜੀਵਨ ਲੀਲਾ ਸਮਾਪਤ ਕਰੂੰਗੀ, ਤੁਸੀਂ ਕੋਈ ਧਰਨਾ ਵੀ ਲਾਉਣ ਜਾ ਰਹੇ, ਕੀ ਹੈ ਸਾਰਾ ਮਾਮਲਾ? ਅਸਲ 'ਚ ਉਹ ਬੱਚੀ ਲਗਭਗ ਕਰੀਬ 2 ਸਾਲ ਦੇ ਨੇੜੇ ਹੋ ਚੱਲਿਆ, ਬਹੁਤ ਪਰੇਸ਼ਾਨ ਆ। ਉਹਦੀ ਸ਼ਾਦੀ ਹੋਈ ਸੀਗੀ ਪਿੰਡ ਸਾਪਾ ਜ਼ਿਲ੍ਹਾ ਬਰਨਾਲਾ। ਉਹਦੇ ਸਹੁਰਾ ਪਰਿਵਾਰ ਨੇ ਉਹਦੇ ਨਾਲ ਮਤਲਬ ਬਹੁਤ ਵੱਡਾ ਫਰੇਬ ਧੋਖਾ ਕੀਤਾ। ਉਸ ਤੋਂ ਬਾਅਦ ਚਲੋ ਉਹਨੇ ਤਲਾਹ ਦਿੱਤੀ, ਚਲੋ ਉਹਦਾ ਵੀ 2 ਫਰਵਰੀ ਨੂੰ ਜਿਹੜਾ ਨਿਬੜਿਆ ਉਹਦੇ 'ਚ ਵੀ ਉਹਦੇ ਨਾਲ ਫਿਰ ਵੀ ਵੱਡਾ ਧੋਖਾ ਹੋ ਗਿਆ। ਮਤਲਬ ਉਹ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਜਾਂ ਉਹ ਸਹੁਰਾ ਪਰਿਵਾਰ ਸੀ, ਉਹਦੇ ਨਾਲ ਰਾਜ਼ੀਨਾਮਾ ਕਰਕੇ ਲੈ ਗਏ ਇਸ ਗੱਲ ਦਾ ਵੀ 25 ਦਿਨਾਂ ਦੇ ਵਿੱਚ ਅਸੀਂ ਤੇਰੇ ਸਾਰੇ ਡਾਕੂਮੈਂਟ ਤਿਆਰ ਕਰਾਂਗੇ। ਉਸ ਤੋਂ ਬਾਅਦ ਜੋ ਬੱਚੀ 25 ਦਿਨਾਂ ਬਾਅਦ ਉਹਨਾਂ ਨੂੰ ਕਹਿਣ ਲੱਗੀ ਮੇਰੇ ਡਾਕੂਮੈਂਟ ਤਿਆਰ ਕਰੋ, ਤਾਂ ਉਹਦੀ ਜਿਹੜੀ ਹੈਗੀ ਕੁੱਟਮਾਰ ਫਿਰ ਦੁਬਾਰਾ ਸ਼ੁਰੂ ਹੋ ਗਈ। ਅਤੇ ਜਿਹੜੇ ਉਹ ਰਿਸ਼ਤੇਦਾਰਾਂ ਨੇ ਰਾਜ਼ੀਨਾਮਾ ਕਰਾਇਆ ਸੀਗਾ, ਤਾਂ ਇਹ ਲੜਕੀ ਦੇ ਜਿਹੜਾ ਮਗਰ ਪਰਿਵਾਰ ਇਹਦੇ ਮਾਂ ਪਿਓ ਉਹਨਾਂ ਨੂੰ ਫੋਨ ਕਰਨ ਲੱਗੇ ਵੀ ਭਾਈ ਉਹ ਤੁਸੀਂ ਮਤਲਬ ਸਾਡੀ ਬੱਚੀ ਦਾ ਹੱਲ ਕਰੋ, ਤੁਸੀਂ ਜ਼ਿੰਮੇਵਾਰੀ ਲਈ। ਅਤੇ ਉਹਨਾਂ ਨੇ ਇਹਨਾਂ ਦੇ ਜਿਹੜੇ ਫੋਨ ਆ ਉਹ ਬਲੋਕ ਦੇ ਵਿੱਚ ਛੱਡਤੇ, ਇਹਨਾਂ ਨਾਲ ਉਹ ਗੱਲ ਹੀ ਨਹੀਂ ਸੀ ਕਰਨਾ ਚਾਹੁੰਦੇ। ਸੋ ਇੱਥੋਂ ਸਾਫ਼ ਹੀ ਸਿੱਧ ਹੁੰਦਾ ਕਿ ਉਹ ਜਿਹੜੇ ਰਿਸ਼ਤੇਦਾਰ ਆ ਉਹ ਕੇਰਾਂ ਉਹਨਾਂ 'ਤੇ ਜਿਹੜਾ ਉਹ ਪਰਚਾ ਬਣਦਾ ਸੀ ਉਹਨੂੰ ਟਾਲਣ ਵਾਸਤੇ ਬੱਚੀ ਨੂੰ ਕੇਰਾਂ ਲਾਰਾ ਲਾ ਕੇ ਉਹ ਸਿਰ ਸਫਾਈ ਕਰਾ ਕੇ ਅਤੇ ਉਹਨਾਂ ਦਾ ਉਹ ਜਿਹੜਾ ਟਾਲਤਾ। ਉਦੋਂ ਬਾਅਦ ਇਹ ਦੁਬਾਰਾ ਗਈ ਆ ਪ੍ਰਸ਼ਾਸਨ ਕੋਲੇ, ਅਤੇ ਇਹਦੇ ਦੱਸਣ ਮੁਤਾਬਕ ਜਿਹੜਾ ਪ੍ਰਸ਼ਾਸਨ ਇਹਨੂੰ ਭੱਜ ਭੱਜ ਕੇ ਪੈਂਦਾ ਸੀ। ਜੇ ਕੋਈ ਦਰਖਾਸਤ ਦੇਣ ਜਾਂਦੀ ਤਾਂ ਇਹਨੂੰ ਹੀ ਕਹਿੰਦੇ ਸੀ ਤੇਰੇ 'ਤੇ ਕਾਰਵਾਈ ਹੋ ਜੂਗੀ, ਤੇਰੇ 'ਤੇ ਆਏ ਹੋ ਜੂਗਾ, ਮਤਲਬ ਡਰਾਉਂਦੇ ਸੀਗੇ। ਅਖੀਰ ਇਹਨੂੰ ਮਤਲਬ ਜਦੋਂ ਕੋਈ ਸਿਰਾਣਾ ਦਿਸਿਆ ਤਾਂ ਫਿਰ ਇਹਨੇ ਮਤਲਬ ਹੋਰ ਹੱਲ ਹੀ ਨਹੀਂ ਸੀ ਕੋਈ ਵਿਚਾਰੀ ਕੋਲੇ, ਹੋਰ ਕਰਦੀ ਕੀ, ਡਿਪਰੈਸ਼ਨ ਦੇ ਵਿੱਚ ਚਲੀ ਗਈ ਹੈ ਨਾ। ਅਤੇ ਉਹਨਾਂ ਕਰਕੇ ਵੀ ਹੁਣ ਇਹਦੀ ਵੀਡੀਓ ਤੋਂ ਬਾਅਦ ਹੀ ਜਿਹੜਾ ਕੁਛ ਪਿੰਡ ਦੇ ਲੋਕਾਂ ਨੂੰ, ਕੁਛ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹਦਾ ਵੀ ਕੋਈ ਬੱਚੀ ਦਾ ਕੋਈ ਰੌਲਾ ਵਾ, ਹੈ ਨਾ। ਉਹ ਵੀਡੀਓ ਤੋਂ ਬਾਅਦ ਆ ਤੁਸੀਂ ਦੇਖ ਲਓ ਵੀ ਸਾਰਾ ਪਿੰਡ ਹੀ ਇਸ ਬੱਚੀ ਦੇ ਹੱਕ ਦੇ ਵਿੱਚ ਆ। ਕੱਲ੍ਹ ਨੂੰ ਜਿਹੜਾ ਉਹ ਇਹਦੇ ਬੱਚੀ ਦੇ ਨਾਲ ਮਤਲਬ ਇਹਨੂੰ ਇਹਨੂੰ ਸਮਝਾਇਆ ਬੁਝਾਇਆ ਅਤੇ ਬਹੁਤ ਮੱਥਾ ਮਾਰਿਆ, ਹਰੇਕ ਘਰ ਦੀ ਔਰਤ ਨੇ ਆ ਕੇ ਵੀ ਨਹੀਂ ਪੁੱਤ ਇਸ ਤਰ੍ਹਾਂ ਨਹੀਂ ਕਰਨਾ, ਅਸੀਂ ਤੇਰੇ ਨਾਲ ਆ, ਵੀ ਕੋਈ ਗੱਲ ਨਹੀਂ ਤੈਨੂੰ ਇਨਸਾਫ ਦਵਾਵਾਂਗੇ। ਹੁਣ ਇਹਦੀ ਮੰਗ ਦੇ ਅਨੁਸਾਰ ਜਿਹੜਾ ਇਹਨੂੰ ਕੱਲ੍ਹ ਨੂੰ ਇਨਸਾਫ ਦਵਾਉਣ ਵਾਸਤੇ ਸਾਰਾ ਪਿੰਡ ਅਤੇ ਪਿੰਡ ਦੀਆਂ ਸਾਰੀਆਂ ਜਥੇਬੰਦੀਆਂ, ਗ੍ਰਾਮ ਪੰਚਾਇਤਾਂ ਸਾਡੇ ਵਿੱਚ ਹਾਜ਼ਰ ਖੜੀਆਂ ਦੋਨੇ ਪਿੰਡਾਂ ਦੀਆਂ, ਅਤੇ ਨਾਲ ਇਲਾਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਬੱਚੀ ਨੂੰ ਇਨਸਾਫ ਦਵਾਉਣ ਲਈ ਕੱਲ੍ਹ ਨੂੰ SSP ਦਫ਼ਤਰ ਜਾ ਰਹੇ ਹਾਂ। ਅਤੇ ਅਗਲੀ ਕਾਰਵਾਈ ਫਿਰ ਗਾਂਹ ਜਾ ਕੇ ਉੱਥੇ ਪ੍ਰਸ਼ਾਸਨ ਕਿਵੇਂ ਨਿਬੜਦਾ ਉਸ ਤਰ੍ਹਾਂ ਦੀ ਗੱਲ ਕੱਲ੍ਹ ਨੂੰ ਪਤਾ ਲੱਗੂਗੀ। ਸੋ ਤੁਹਾਡੇ ਵੱਲੋਂ ਨਹੀਂ ਕੋਈ ਪਰਿਵਾਰ ਨਾਲ ਸੰਪਰਕ ਕੀਤਾ ਗਿਆ, ਜਥੇਬੰਦੀਆਂ ਵੱਲੋਂ ਜਾਂ ਪੰਚਾਇਤ ਵੱਲੋਂ ਜਿੱਥੇ ਵਿਆਹੀ ਸੀ ਉਹਨਾਂ ਨਾਲ? ਕਰਿਆ ਗਿਆ ਜੀ। ਕੀ ਕਹਿੰਦੇ ਉਹ ਪਰਿਵਾਰ ਨੂੰ? ਫਰੂਦ ਹੀ ਇੰਨਾ ਚੜਿਆ ਵਾ ਕਿਉਂਕਿ ਉਹ ਪੁਲਿਸ ਮੁਲਾਜ਼ਮ ਆ, ਉਹ ਸਿੱਧੇ ਮੂੰਹ ਤੇ ਗੱਲ ਹੀ ਨਹੀਂ ਕਰ ਰਿਹਾ। ਕੌਣ ਆ ਪੁਲਿਸ ਮੁਲਾਜ਼ਮ? ਉਹ ਜਿਹੜਾ ਇਹ ਲੜਕੀ ਦਾ ਸਹੁਰਾ ਹੈਗਾ ਰਣਜੀਤ ਸਿੰਘ, ਉਹ ਅਸੀਂ ਪਹਿਲੀ ਵਾਰ ਜਦੋਂ ਪਹਿਲੀ ਦਫ਼ਾ ਇਹ ਕੁੜੀ ਦੀ ਕੁੱਟਮਾਰ ਕਰੀ ਆ ਅਤੇ ਅਸੀਂ ਗਏ ਹਾਂ 3-4 ਬੰਦੇ ਜਥੇਬੰਦਕ ਤੌਰ ਤੇ ਗਏ ਹਾਂ, ਤੇ ਅਸੀਂ ਤੇ ਫਿਰ ਵੀ ਉਹਨੂੰ ਪਰਸਨਲੀ ਤੌਰ ਤੇ ਵੱਖਰੇ ਕਮਰੇ ਚ ਬਿਠਾ ਕੇ ਉਹਨੂੰ ਕਿਹਾ ਬਈ ਇਸ ਤਰ੍ਹਾਂ ਤੇਰੀ ਗੱਲ ਨਹੀਂ ਚੱਲਣੀ ਜਿਵੇਂ ਤੂੰ ਸਾਡੇ ਨਾਲ ਮਤਲਬ ਹੋ ਰਿਹਾ ਵਾ, ਤੇ ਅਸੀਂ ਵੀ ਕੋਈ ਜ਼ਿੰਮੇਵਾਰੀ ਤੌਰ ਤੇ ਆਏ ਹਾਂ ਤੇ ਤੂੰ ਇਹ ਗੱਲ ਨਾ ਕਰ। ਚਲੋ ਫਿਰ ਉਹ ਥੋੜਾ ਢਹਿਲਾ ਵੀ ਹੋਇਆ, ਫਿਰ ਉਹਨੇ ਆਪਦਾ ਦਬਕਾ ਵੀ ਮਾਰਿਆ ਸਾਨੂੰ, ਮੈਂ DIG ਚੰਡੀਗੜ੍ਹ ਦਾ ਜਿਹੜਾ ਹੈਗਾ ਡਰਾਈਵਰ ਆ, ਮੈਂ ਪਾਇਲਟ ਆ, ਮੈਂ ਇਹ ਕਰ ਦਿੰਦਾ, ਮੈਂ ਉਹ ਕਰ ਦਿੰਦਾ। ਅਸੀਂ ਆਖਿਆ ਚਲੋ ਕਰ ਦਿੰਦੇ ਹੋਊਗੇ ਭਾਈ, ਕੋਈ ਗੱਲ ਨਹੀਂ, ਅਸੀਂ ਤੇ ਕੁੜੀ ਵਸਾਉਣੀ ਆ, ਅਸੀਂ ਤਾਂ ਧੀ ਵਾਲੇ ਪਾਸੇ ਹੋਇਆ, ਤੇ ਜੇ ਕੋਈ ਗਲਤੀ ਹੈ ਤੇ ਅਸੀਂ ਝੋਲੀ ਪਵਾਉਂਦੇ ਆ, ਸੋ ਉੱਥੋਂ ਕੋਈ ਚੱਕਰ ਨਹੀਂ। ਅਸੀਂ ਫਿਰ ਵੀ ਇਹਨੂੰ ਕੁੜੀ ਨੂੰ ਵਸਾਉਣ ਦੀ ਕੋਸ਼ਿਸ਼ ਕਰੀ ਆ ਵੀ ਇਹ ਹਰ ਮਤਲਬ ਰਿਸ਼ਤਾ ਜੁੜਿਆ ਤੇ ਜੁੜਿਆ ਰਹੇ, ਪਰ ਉਸ ਪਰਿਵਾਰ ਨੇ ਨਹੀਂ ਕੋਈ ਸਾਡਾ ਕਹਿਣ ਦਾ ਮਤਲਬ ਵੀ ਉਹ ਪੁਲਿਸ ਦਾ ਆਪਦਾ ਦਬਦਬਾ ਬਣਾ ਰਿਹਾ। ਬਿਲਕੁਲ ਬਿਲਕੁਲ ਪੂਰਾ ਦਬਦਬਾ ਬਣਾ ਰਿਹਾ, ਇਹੀ ਕਾਰਨ ਤਾਂ ਨਹੀਂ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ? ਬਿਲਕੁਲ ਸਾਡੇ ਲਈ ਤੇ ਇਹੀ, ਅਸੀਂ ਤਾਂ ਮੰਨਦੇ ਇਹ ਕਾਰਨ ਆ ਕਿਉਂਕਿ ਚੰਡੀਗੜ੍ਹੋਂ DIG ਦਾ ਕੋਈ, ਮੈਂ ਤੇ ਤੁਹਾਡੇ ਮਾਧੇ ਰਾਮੀ ਦੇਖ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਉਹ DIG ਦਾ ਡਰਾਈਵਰ ਹੈਗਾ ਉਹ DIG ਵੀ ਸਾਹਿਬ ਵੀ ਸੁਣ ਲੈਣਾ ਵੀ ਤੁਹਾਡਾ ਨਾਮ ਵਰਤਿਆ ਜਾ ਰਿਹਾ। ਕੀ ਨਾਮ? ਨਾਮ ਨਹੀਂ ਦੱਸਿਆ? ਨਹੀਂ ਸਾਨੂੰ ਨਾਮ ਨਹੀਂ ਦੱਸਿਆ ਉਹਨਾਂ ਨੇ। ਸੋ ਉਹ ਤੇ ਇਸ ਬੱਚੀ ਨੇ ਜਦੋਂ ਅਸੀਂ ਦੁਬਾਰਾ ਇਹਨੂੰ ਤੋਰਿਆ, ਚਲੋ ਅਸੀਂ ਤੇ ਧੀ ਵਾਲੇ ਸੀ, ਅਸੀਂ ਤੇ ਫੈਸਲਾ ਕਰਿਆ ਵੀ ਚਲੋ ਇਹਦਾ ਘਰ ਬਸੇ, ਹਨਾ, ਤੇ ਇਹਨੂੰ ਜਾਣ ਤੋਂ ਬਾਅਦ ਵੀ ਉਹ ਬੜਾ ਇਹਨੂੰ ਕੁੱਟਮਾਰ ਦੇ ਨਾਲ ਦਬ ਕੇ ਵੀ ਮਾਰਦੇ ਰਹੇ ਆ, ਸਾਡਾ ਕੀ ਕਰ ਲਿਆ ਸਾਨੂੰ, ਅਸੀਂ ਕੀ ਕਰਨਾ ਭਾਈ ਤੁਹਾਨੂੰ, ਅਸੀਂ ਤੇ ਆਪਦੀ ਧੀ ਨੂੰ ਵਸਾਉਣਾ ਚਾਹੁੰਦੇ ਹਾਂ,
ਅਸੀਂ ਤੁਹਾਡੀ ਮਿਹਨਤ ਕਰਦੇ ਹਾਂ ਪਰ ਫਿਰ ਵੀ ਤੁਸੀਂ ਜਿਹੜਾ ਐਡਾ ਇਹ ਬੱਚੀ ਨਾਲ ਫਰਾਡ ਕੀਤਾ ਇਹਦੀ ਸਜ਼ਾ ਤਾਂ ਤੁਹਾਨੂੰ ਫਿਰ ਮਿਲਣੀ ਚਾਹੀਦੀ ਆ। ਸੋ ਸਾਰਾ ਪਿੰਡ ਇਕੱਠਾ ਹੋ ਕੇ ਉਹਨਾਂ ਨੂੰ ਇਸ ਬੱਚੀ ਨੂੰ ਉਹਨਾਂ ਦਾ ਜੋ ਵੀ ਹੈਗਾ ਘਰ ਦੇ ਵਿੱਚ ਜਿਹੜਾ ਬਣਦਾ ਇਹਨੂੰ ਘਰੇ ਵੀ ਬਿਠਾਵਾਂਗੇ ਉੱਥੇ, ਇਹ ਇਹ ਆਪਦੇ ਸਹੁਰਾ ਪਰਿਵਾਰ ਦੇ ਖਿਲਾਫ ਉਸ ਘਰ ਚੋਂ ਹੀ ਲੜੂਗੀ, ਉੱਥੇ ਬੈਠ ਕੇ ਲੜੂਗੀ। ਅਸੀਂ ਸਾਰਾ ਪਿੰਡ ਇਹਨੂੰ ਜਿਹੜਾ ਉੱਥੇ ਦਾ ਬਣਦਾ ਹੱਕ ਆ ਅਸੀਂ ਇਹਨੂੰ ਉਹਦੇ ਇਹਦੇ ਸਹੁਰਾ ਘਰ ਜਾ ਕੇ ਦਵਾ ਕੇ ਆਵਾਂਗੇ। ਸੋਸ਼ਲ ਮੀਡੀਆ ਤੇ ਜਸਪ੍ਰੀਤ ਕੌਰ ਵਸੀ ਮਾਛੀਕੇ ਵੱਲੋਂ ਪੋਸਟ ਜਿਹੜੀ ਉਹ ਪਾਈ ਗਈ ਹੈ ਜਿਹਦੇ ਸੰਦਰਭ ਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਦੀ ਦਰਖਾਸਤ ਦੀ ਪੜਤਾਲ DSP ਕ੍ਰਾਈਮ ਅਗੇਂਸਟ ਵੂਮੈਨ ਕਰ ਰਹੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਇੱਕ ਦਰਖਾਸਤ ਦਿੱਤੀ ਸੀਗੀ। ਉਸ ਦਰਖਾਸਤ ਇਹਨਾਂ ਨੇ ਆਪਣੇ ਸਹੁਰਾ ਧਿਰ ਦੇ ਨਾਲ ਰਾਜੀਨਾਮਾ ਕਰ ਲਿਆ ਸੀ ਤੇ 25 ਦਿਨ ਦਾ ਸਮਾਂ ਇਹਨਾਂ ਦੇ ਸਹੁਰਾ ਧਿਰ ਨੇ ਲਿਆ ਸੀ ਵੀ ਜੋ ਵੀ ਡਾਕੂਮੈਂਟਸ ਲੜਕੀ ਦੇ ਨਾਮ ਤੇ ਨਹੀਂ ਕਰਾਏ ਗਏ ਜਾਂ ਮੈਰਿਜ ਰਜਿਸਟਰ ਨਹੀਂ ਕਰਾਈ ਗਈ ਉਹ ਅਸੀਂ ਕਰਵਾਵਾਂਗੇ। ਉਹ 25 ਦਿਨਾਂ ਦੇ ਵਿੱਚ ਇਸ ਇਹਦੇ ਲੜਕੀ ਦੇ ਸਹੁਰਾ ਧਿਰ ਵੱਲੋਂ ਜਿਹੜੇ ਕਿ ਉਹ ਡਾਕੂਮੈਂਟਸ ਦੇ ਵਿੱਚ ਇਹਦਾ ਨਾਂ ਨਹੀਂ ਇੰਦਰਾਜ ਕਰਾਇਆ ਗਿਆ ਤੇ ਨਾ ਹੀ ਮੈਰਿਜ ਰਜਿਸਟਰ ਕਰਾਈ ਗਈ ਤੇ ਉਸ ਤੋਂ ਬਾਅਦ ਫਿਰ ਇਸ ਲੜਕੀ ਨੇ ਦਰਖਾਸਤ ਦਿੱਤੀ ਜਿਹਦੀ ਫਿਰ ਉਸ ਦਰਖਾਸਤ ਦੀ ਪੜਤਾਲ ਜਿਹੜੀ DSP ਕ੍ਰਾਈਮ ਅਗੇਂਸਟ ਵੂਮੈਨ ਕਰ ਰਹੇ ਉਸ ਪੜਤਾਲ ਤੋਂ ਬਾਅਦ ਉਹਨਾਂ ਦੀ ਰਿਪੋਰਟ ਜਿਹੜੀ ਉਹ DA ਲੀਗਲ ਪਾਸੋਂ ਰਾਏ ਲਈ ਭੇਜੀ ਗਈ ਸੀ ਤੇ DA ਲੀਗਲ ਨੇ ਸਬੂਤਾਂ ਦੀ ਘਾਟ ਹੋਣ ਕਰਕੇ ਉਹਦੇ ਪਰ ਕੁਛ ਇਤਰਾਜ਼ ਲਾਏ। ਉਹਨਾਂ ਇਤਰਾਜ਼ਾਂ ਦੀ ਪੂਰਤੀ ਹੋ ਗਈ ਹੈ ਤੇ ਉਹ ਇਤਰਾਜ਼ਾਂ ਦੀ ਪੂਰਤੀ ਹੋਣ ਤੋਂ ਬਾਅਦ ਕਾਨੂੰਨ ਅਨੁਸਾਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ।